ਸੜਕਾਂ ਤੇ ਦਰਿਆਵਾਂ ਵਾਂਗ ਵਹਿ ਰਿਹਾ ਪਾਣੀ, ਪਾਣੀ ਚ ਬੰਦ ਪਈਆਂ ਵੱਡੀਆਂ ਵੱਡੀਆਂ ਗੱਡੀਆਂ ਧੱਕਾ ਲਾ ਕੇ ਬਾਹਰ ਕੱਢਣ ਦੀ ਕੀਤੀ ਜਾ ਰਹੀ ਕੋਸ਼ਿਸ਼। ਤਸਵੀਰਾਂ ਸ਼ਹਿਰ ਬਠਿੰਡਾ ਦੀਆਂ ਨੇ, ਜਿੱਥੇ ਮੌਲੇਧਾਰ ਮੀਂਹ ਪੈਣ ਤੋਂ ਬਾਅਦ ਦੇ ਹਾਲਾਤ ਦੇਖੋ ਕਿ ਸੜਕਾਂ ਨੇ ਦਰਿਆਵਾਂ ਦਾ ਰੂਪ ਧਾਰਨ ਕਰ ਲਿਆ। ਪਾਣੀ ਇਸ ਕਦਰ ਭਰ ਚੁੱਕਿਆ ਹੈ ਕਿ ਗੱਡੀਆਂ ਦੇ ਟਾਇਰ ਤਾਂ ਪੂਰੇ ਪੂਰੇ ਇਸ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਅਤੇ ਇਹ ਗੱਡੀਆਂ ਬੈਲੈਂਸ ਵੀ ਨਹੀਂ ਕਰ ਪਾ ਰਹੀਆਂ, ਜਿੰਨਾ ਇੱਥੇ ਪਾਣੀ ਖੜਾ ਹੈ। ਬੜੀ ਮੁਸ਼ਕਲ ਦੇ ਨਾਲ ਬੰਦ ਪਈਆਂ ਗੱਡੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਬਠਿੰਡਾ ਸ਼ਹਿਰ ਦੇ ਵਿੱਚ ਜਿੱਥੇ ਲੋਕ ਮੀਂਹ ਦੀ ਉਡੀਕ ਕਰ ਰਹੇ ਸਨ, ਗਰਮੀ ਤੋਂ ਰਾਹਤ ਤਾਂ ਮਿਲੀ ਹੈ ਪਰ ਇਹ ਮੀਂਹ ਉਹਨਾਂ ਲਈ ਆਫਤ ਵੀ ਬਣ ਗਿਆ ਹੈ। ਜਿੱਥੇ ਪਾਣੀ ਦੇ ਵਿੱਚ ਵੱਡੀਆਂ ਵੱਡੀਆਂ ਗੱਡੀਆਂ ਵੀ ਬੰਦ ਪੈ ਗਈਆਂ ਨੇ ਤੇ ਲੋਕ ਵਿਚਾਲੇ ਫਸ ਗਏ ਨੇ। ਇਹਨਾਂ ਨੇ ਕਈ ਇਲਾਕਿਆਂ ਦੇ ਵਿੱਚ ਵੀ ਪਾਣੀ ਭਰ ਚੁੱਕਿਆ ਹੈ ਤੇ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਜਾ ਚੁੱਕਿਆ ਹੈ। ਅੰਡਰ ਬ੍ਰਿਜ ਦੇ ਵੀ ਹਾਲ ਦੇਖ ਲਓ ਕਿ ਕਿਵੇਂ ਪਾਣੀ ਭਰਿਆ ਹੋਇਆ ਹੈ ਤੇ ਇਸ ਵਿੱਚ ਛੋਟੇ ਵਾਹਨ ਤਾਂ ਬਿਲਕੁਲ ਵੀ ਨਹੀਂ ਲੰਘ ਪਾ ਰਹੇ ਕਿਉਂਕਿ ਉਹ ਪੂਰੇ ਦੇ ਪੂਰੇ ਹੀ ਇਸ ਪਾਣੀ 'ਚ ਡੁੱਬ ਜਾਂਦੇ ਨੇ। ਵੱਡੇ ਵੱਡੇ ਵਾਹਨ ਜੋ ਇਸ ਅੰਡਰ ਬ੍ਰਿਜ ਤੋਂ ਲੰਘ ਰਹੇ ਨੇ ਤਾਂ ਉਸਦੇ ਨਾਲ ਵੀ ਪਾਣੀ ਦੇਖੋ ਕਿਵੇਂ ਵਹਿ ਕੇ ਅੱਗੇ ਨੂੰ ਆ ਰਿਹਾ ਕਿ ਪੈਦਲ ਚੱਲਣ ਵਾਲੇ ਲੋਕ ਵੀ ਬੜੀ ਮੁਸ਼ਕਲ ਦੇ ਨਾਲ ਇਸ ਪਾਣੀ 'ਚ ਖੜੇ ਨੇ। ਹਾਲਾਂਕਿ ਇਸ ਭਰੇ ਹੋਏ ਪਾਣੀ ਦੇ ਵਿੱਚ ਚੱਲਣਾ ਔਖਾ ਆ, ਪਰ ਫਿਰ ਵੀ ਜਿਹੜੇ ਪੈਦਲ ਰਾਹਗੀਰ ਨੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਸਵੀਰਾਂ ਦੇਖ ਕੇ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਕਿ ਇਹ ਪੰਜਾਬ ਦਾ ਕੋਈ ਸ਼ਹਿਰ ਹੈ ਜਿਸ ਦੇ ਵਿੱਚ ਇਸ ਕਦਰ ਪਾਣੀ ਭਰਿਆ ਹੈ। ਸੜਕਾਂ ਦੇ ਵਿੱਚ ਸੀਵਰੇਜ ਸਿਸਟਮ ਸਹੀ ਨਾ ਹੋਣ ਕਰਕੇ ਇੱਥੇ ਬਲੋਕੇਜ ਹੈ ਤੇ ਬਲੋਕੇਜ ਕਰਕੇ ਇਹ ਪਾਣੀ ਕਿਸੇ ਪਾਸੇ ਨਹੀਂ ਨਿਕਲ ਰਿਹਾ। ਹਾਲੇ ਤਾਂ ਹੇਠਾਂ ਦੇਖੋ ਕਿ ਪਾਣੀ ਕਿੰਨਾ ਭਰਿਆ ਹੋਇਆ ਤੇ ਉੱਤੋਂ ਮੌਲੇਧਾਰ ਮੀਂਹ ਪਈ ਜਾ ਰਿਹਾ। ਇੰਨਾ ਤੇਜ਼ ਮੀਂਹ ਪੈ ਰਿਹਾ ਹੈ ਕਿ ਕੁਝ ਦੇਰ ਹੋਰ ਪਿਆ ਤਾਂ ਜਿਹੜੀਆਂ ਸੜਕਾਂ ਦਰਿਆ ਬਣੀਆਂ ਨੇ ਤਾਂ ਇਸ ਵਿੱਚ ਗੱਡੀਆਂ ਜੋ ਅਜੇ ਸਿਰ ਬੰਦ ਪਈਆਂ ਨੇ ਪੂਰੀ ਤਰ੍ਹਾਂ ਡੁੱਬ ਜਾਣਗੀਆਂ। ਅੰਡਰ ਬ੍ਰਿਜ ਦੇ ਵਿੱਚ ਵੀ ਵੱਡੀਆਂ ਗੱਡੀਆਂ ਦਾ ਲੰਘਣਾ ਵੀ ਔਖਾ ਹੋ ਜਾਏਗਾ ਤੇ ਪਾਣੀ ਪੁਲ ਤੱਕ ਵੀ ਪਹੁੰਚ ਸਕਦਾ ਹੈ। ਇਸੇ ਲਈ ਇੱਥੇ ਲੋਕ ਜਿਹੜੇ ਨੇ ਪਰੇਸ਼ਾਨ ਹੋ ਰਹੇ ਨੇ ਤੇ ਪ੍ਰਸ਼ਾਸਨ ਅੱਗੇ ਗੁਹਾਰ ਲਗਾ ਰਹੇ ਨੇ ਕਿ ਕਿਸੇ ਤਰ੍ਹਾਂ ਦਾ ਕੋਈ ਹੱਲ ਕੀਤਾ ਜਾਏ। ਹਾਲਾਂਕਿ ਇੱਥੇ ਮੌਸਮ ਵਿਭਾਗ ਦੇ ਵੱਲੋਂ ਮੀਂਹ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਹਾਲੇ ਪੰਜਾਬ ਦੇ ਵਿੱਚ 2 ਦਿਨ ਹੋਰ ਭਾਰੀ ਬਰਸਾਤ ਰਹੇਗੀ, ਤੇਜ਼ ਹਵਾਵਾਂ ਚੱਲਣਗੀਆਂ ਤੇ ਇਸ ਵਿਚਾਲੇ ਜਿੱਥੇ ਮੌਲੇਧਾਰ ਮੀਂਹ ਤੋਂ ਬਾਅਦ ਬਠਿੰਡਾ ਸ਼ਹਿਰ ਦੇ ਇਹ ਹਾਲ ਹੋ ਗਏ ਨੇ ਤਾਂ 2 ਦਿਨ ਹੋਰ ਮੀਂਹ ਪਿਆ ਤਾਂ ਫਿਰ ਇਹ ਪੂਰਾ ਸ਼ਹਿਰ ਹੀ ਇਸ ਪਾਣੀ ਦੇ ਵਿੱਚ ਡੁੱਬ ਜਾਏਗਾ। ਫਿਲਹਾਲ ਲੋਕ ਬੜੀ ਮੁਸ਼ਕਲ ਦੇ ਨਾਲ ਆਪਣੀਆਂ ਬੰਦ ਪਈਆਂ ਗੱਡੀਆਂ ਇਸ ਪਾਣੀ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋ ਰਹੀਆਂ ਨੇ। ਸੜਕਾਂ ਤੇ ਦਰਿਆਵਾਂ ਵਾਂਗ ਵਹਿ ਰਿਹਾ ਪਾਣੀ, ਪਾਣੀ 'ਚ ਬੰਦ ਪਈਆਂ ਵੱਡੀਆਂ ਵੱਡੀਆਂ ਗੱਡੀਆਂ ਧੱਕਾ ਲਾ ਕੇ ਬਾਹਰ ਕੱਢਣ ਦੀ ਕੀਤੀ ਜਾ ਰਹੀ ਕੋਸ਼ਿਸ਼। ਤਸਵੀਰਾਂ ਸ਼ਹਿਰ ਬਠਿੰਡਾ ਦੀਆਂ ਨੇ, ਜਿੱਥੇ ਮੌਲੇਧਾਰ ਮੀਂਹ ਪੈਣ ਤੋਂ ਬਾਅਦ ਦੇ ਹਾਲਾਤ ਦੇਖੋ ਕਿ ਸੜਕਾਂ ਨੇ ਦਰਿਆਵਾਂ ਦਾ ਰੂਪ ਧਾਰਨ ਕਰ ਲਿਆ। ਪਾਣੀ ਇਸ ਕਦਰ ਭਰ ਚੁੱਕਿਆ ਹੈ ਕਿ ਗੱਡੀਆਂ ਦੇ ਟਾਇਰ ਤਾਂ ਪੂਰੇ ਪੂਰੇ ਇਸ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਅਤੇ ਇਹ ਗੱਡੀਆਂ ਬੈਲੈਂਸ ਵੀ ਨਹੀਂ ਕਰ ਪਾ ਰਹੀਆਂ, ਜਿੰਨਾ ਇੱਥੇ ਪਾਣੀ ਖੜਾ ਹੈ। ਬੜੀ ਮੁਸ਼ਕਲ ਦੇ ਨਾਲ ਬੰਦ ਪਈਆਂ ਗੱਡੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਬਠਿੰਡਾ ਸ਼ਹਿਰ ਦੇ ਵਿੱਚ ਜਿੱਥੇ ਲੋਕ ਮੀਂਹ ਦੀ ਉਡੀਕ ਕਰ ਰਹੇ ਸਨ, ਗਰਮੀ ਤੋਂ ਰਾਹਤ ਤਾਂ ਮਿਲੀ ਹੈ ਪਰ ਇਹ ਮੀਂਹ ਉਹਨਾਂ ਲਈ ਆਫਤ ਵੀ ਬਣ ਗਿਆ ਹੈ। ਜਿੱਥੇ ਪਾਣੀ ਦੇ ਵਿੱਚ ਵੱਡੀਆਂ ਵੱਡੀਆਂ ਗੱਡੀਆਂ ਵੀ ਬੰਦ ਪੈ ਗਈਆਂ ਨੇ ਤੇ ਲੋਕ ਵਿਚਾਲੇ ਫਸ ਗਏ ਨੇ। ਇਹਨਾਂ ਨੇ ਕਈ ਇਲਾਕਿਆਂ ਦੇ ਵਿੱਚ ਵੀ ਪਾਣੀ ਭਰ ਚੁੱਕਿਆ ਹੈ ਤੇ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਜਾ ਚੁੱਕਿਆ ਹੈ। ਅੰਡਰ ਬ੍ਰਿਜ ਦੇ ਵੀ ਹਾਲ ਦੇਖ ਲਓ ਕਿ ਕਿਵੇਂ ਪਾਣੀ ਭਰਿਆ ਹੋਇਆ ਹੈ ਤੇ ਇਸ ਵਿੱਚ ਛੋਟੇ ਵਾਹਨ ਤਾਂ ਬਿਲਕੁਲ ਵੀ ਨਹੀਂ ਲੰਘ ਪਾ ਰਹੇ ਕਿਉਂਕਿ ਉਹ ਪੂਰੇ ਦੇ ਪੂਰੇ ਹੀ ਇਸ ਪਾਣੀ 'ਚ ਡੁੱਬ ਜਾਂਦੇ ਨੇ। ਵੱਡੇ ਵੱਡੇ ਵਾਹਨ ਜੋ ਇਸ ਅੰਡਰ ਬ੍ਰਿਜ ਤੋਂ ਲੰਘ ਰਹੇ ਨੇ ਤਾਂ ਉਸਦੇ ਨਾਲ ਵੀ
ਪਾਣੀ ਦੇਖੋ ਕਿਵੇਂ ਵਹਿ ਕੇ ਅੱਗੇ ਨੂੰ ਆ ਰਿਹਾ ਹੈ ਕਿ ਪੈਦਲ ਚੱਲਣ ਵਾਲੇ ਲੋਕ ਵੀ ਬੜੀ ਮੁਸ਼ਕਲ ਦੇ ਨਾਲ ਇਸ ਪਾਣੀ 'ਚ ਖੜੇ ਨੇ। ਹਾਲਾਂਕਿ ਇਸ ਭਰੇ ਹੋਏ ਪਾਣੀ ਦੇ ਵਿੱਚ ਚੱਲਣਾ ਔਖਾ ਆ, ਪਰ ਫਿਰ ਵੀ ਜਿਹੜੇ ਪੈਦਲ ਰਾਹਗੀਰ ਨੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਸਵੀਰਾਂ ਦੇਖ ਕੇ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਕਿ ਇਹ ਪੰਜਾਬ ਦਾ ਕੋਈ ਸ਼ਹਿਰ ਹੈ ਜਿਸ ਦੇ ਵਿੱਚ ਇਸ ਕਦਰ ਪਾਣੀ ਭਰਿਆ ਹੈ। ਸੜਕਾਂ ਦੇ ਵਿੱਚ ਸੀਵਰੇਜ ਸਿਸਟਮ ਸਹੀ ਨਾ ਹੋਣ ਕਰਕੇ ਇੱਥੇ ਬਲੋਕੇਜ ਹੈ ਤੇ ਬਲੋਕੇਜ ਕਰਕੇ ਇਹ ਪਾਣੀ ਕਿਸੇ ਪਾਸੇ ਨਹੀਂ ਨਿਕਲ ਰਿਹਾ। ਹਾਲੇ ਤਾਂ ਹੇਠਾਂ ਦੇਖੋ ਕਿ ਪਾਣੀ ਕਿੰਨਾ ਭਰਿਆ ਹੋਇਆ ਤੇ ਉੱਤੋਂ ਮੌਲੇਧਾਰ ਮੀਂਹ ਪਈ ਜਾ ਰਿਹਾ ਹੈ। ਇੰਨਾ ਤੇਜ਼ ਮੀਂਹ ਪੈ ਰਿਹਾ ਹੈ ਕਿ ਕੁਝ ਦੇਰ ਹੋਰ ਪਿਆ ਤਾਂ ਜਿਹੜੀਆਂ ਸੜਕਾਂ ਦਰਿਆ ਬਣੀਆਂ ਨੇ ਤਾਂ ਇਸ ਵਿੱਚ ਗੱਡੀਆਂ ਜੋ ਅਜੇ ਸਿਰ ਬੰਦ ਪਈਆਂ ਨੇ ਪੂਰੀ ਤਰ੍ਹਾਂ ਡੁੱਬ ਜਾਣਗੀਆਂ। ਅੰਡਰ ਬ੍ਰਿਜ ਦੇ ਵਿੱਚ ਵੀ ਵੱਡੀਆਂ ਗੱਡੀਆਂ ਦਾ ਲੰਘਣਾ ਵੀ ਔਖਾ ਹੋ ਜਾਏਗਾ ਤੇ ਪਾਣੀ ਪੁਲ ਤੱਕ ਵੀ ਪਹੁੰਚ ਸਕਦਾ ਹੈ। ਇਸੇ ਲਈ ਇੱਥੇ ਲੋਕ ਜਿਹੜੇ ਨੇ ਪਰੇਸ਼ਾਨ ਹੋ ਰਹੇ ਨੇ ਤੇ ਪ੍ਰਸ਼ਾਸਨ ਅੱਗੇ ਗੁਹਾਰ ਲਗਾ ਰਹੇ ਨੇ ਕਿ ਕਿਸੇ ਤਰ੍ਹਾਂ ਦਾ ਕੋਈ ਹੱਲ ਕੀਤਾ ਜਾਏ। ਹਾਲਾਂਕਿ ਇੱਥੇ ਮੌਸਮ ਵਿਭਾਗ ਦੇ ਵੱਲੋਂ ਮੀਂਹ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਹਾਲੇ ਪੰਜਾਬ ਦੇ ਵਿੱਚ 2 ਦਿਨ ਹੋਰ ਭਾਰੀ ਬਰਸਾਤ ਰਹੇਗੀ, ਤੇਜ਼ ਹਵਾਵਾਂ ਚੱਲਣਗੀਆਂ ਤੇ ਇਸ ਵਿੱਚ ਆਲੇ ਜਿੱਥੇ ਮੌਲੇਧਾਰ ਮੀਂਹ ਤੋਂ ਬਾਅਦ ਬਠਿੰਡਾ ਸ਼ਹਿਰ ਦੇ ਇਹ ਹਾਲ ਹੋ ਗਏ ਨੇ ਤਾਂ 2 ਦਿਨ ਹੋਰ ਮੀਂਹ ਪਿਆ ਤਾਂ ਫਿਰ ਇਹ ਪੂਰਾ ਸ਼ਹਿਰ ਹੀ ਇਸ ਪਾਣੀ ਦੇ ਵਿੱਚ ਡੁੱਬ ਜਾਏਗਾ। ਫਿਲਹਾਲ ਲੋਕ ਬੜੀ ਮੁਸ਼ਕਲ ਦੇ ਨਾਲ ਆਪਣੀਆਂ ਬੰਦ ਪਈਆਂ ਗੱਡੀਆਂ ਇਸ ਪਾਣੀ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋ ਰਹੀਆਂ ਨੇ।